ਸਿਆਣੇ ਕਹਿੰਦੇ ਨੇ ਕਿ ਕਰਮਾਂ ਦਾ ਲੇਖਾ ਜੋਖਾ ਤਾਂ ਦੇਣਾ ਹੀ ਪੈਂਦਾ, ਕਿਉਂਕਿ ਉਹ ਰੱਬ ਕਦੇ ਰਿਸ਼ਵਤ ਨਹੀਂ ਲੈਂਦਾ। ਦੋਸਤੋ, ਕਈ ਵਾਰ ਅਸੀਂ ਸੋਚਦੇ ਹਾਂ ਕਿ ਜਾਇਦਾਦ ਅਤੇ ਤਾਕਤ ਸਭ ਕੁਝ ਹਾਸਲ ਕਰਨ ਲਈ ਕਾਫੀ ਹੈ, ਪਰ ਕੀ ਕਦੇ ਤੁਸੀਂ ਸੋਚਿਆ ਕਿ ਜੀਵਨ ਵਿੱਚ ਅਸਲੀ ਖੁਸ਼ੀ ਅਤੇ ਆਤਮਕ ਸ਼ਾਂਤੀ ਕਿੱਥੇ ਮਿਲਦੀ ਹੈ? ਅਸੀਮ ਧਨ, ਉੱਚੇ ਅਹੁਦੇ ਅਤੇ ਸੰਸਾਰਕ ਸਫਲਤਾਵਾਂ ਦੇ ਖੇਡ ਵਿੱਚ ਕਈ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਸਿਰਫ ਅਸਥਾਈ ਨੇ, ਇਹਨਾਂ ਚੀਜ਼ਾਂ ਨੇ ਸਦਾ ਲਈ ਨਹੀਂ ਰਹਿਣਾ। ਜੀਵਨ ਦੀ ਸਫਲਤਾ ਸਿਰਫ ਧਨ ਵਿੱਚ ਨਹੀਂ ਬਲਕਿ ਉਹਨਾਂ ਕਰਮਾਂ ਵਿੱਚ ਲੁਕੀ ਹੋਈ ਹੈ ਜੋ ਅਸੀਂ ਹਰ ਦਿਨ ਕਰਦੇ ਹਾਂ। ਸਾਡਾ ਅੰਦਰਲਾ ਖੋਖਲਾਪਨ ਕਿਵੇਂ ਬਾਹਰੀ ਕਾਮਯਾਬੀ ਨੂੰ ਬੇਮਾਨਾ ਕਰ ਸਕਦਾ ਹੈ, ਇਹ ਸਮਝਣਾ ਆਸਾਨ ਨਹੀਂ। ਕੀ ਸੱਚਮੁੱਚ ਦਿਲ ਦੀ ਸੰਤੁਸ਼ਟੀ ਖਰੀਦੀ ਜਾ ਸਕਦੀ ਹੈ? ਕੀ ਕਦੇ ਕਿਸੇ ਨੇ ਇਸ ਦੁਨਿਆਵੀ ਦੌੜ ਵਿੱਚ ਹਾਰ ਮੰਨ ਕੇ ਅਸਲ ਮਕਸਦ ਨੂੰ ਸਮਝਿਆ ਹੈ? ਆਓ ਅੱਜ ਇਹ ਸਮਝੀਏ ਕਿ ਕੀ ਅਸਲ ਵਿੱਚ ਕੋਈ ਰਾਹ ਹੁੰਦਾ ਹੈ ਜੋ ਕਿ ਸ਼ਾਂਤੀ ਅਤੇ ਸੰਤੋਖ ਵੱਲ ਲੈ ਜਾਵੇ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਇੱਕ ਰਾਜ ਵਿੱਚ ਸਭ ਤੋਂ ਧਨਾੜ ਵਪਾਰੀ ਰਹਿੰਦਾ ਸੀ। ਉਹਦਾ ਨਾਮ ਰੂਪਕ ਸੀ। ਉਹ ਆਪਣੇ ਵਪਾਰਕ ਖੇਤਰ ਵਿੱਚ ਇੰਨਾ ਸਫਲ ਹੋ ਗਿਆ ਕਿ ਉਸਦੀ ਸੰਪੱਤੀ ਹੁਣ ਰਾਜ ਦੇ ਕਈ ਹਿੱਸਿਆਂ ਵਿੱਚ ਫੈਲੀ ਹੋਈ ਸੀ। ਰੂਪਕ ਕੋਲ ਬੇਅੰਤ ਧਨ ਅਤੇ ਐਸ਼ੋ ਆਰਾਮ ਦੇ ਸਾਧਨ ਸੀ, ਪਰ ਉਸਦੀ ਆਤਮਾ ਸ਼ਾਂਤੀ ਅਤੇ ਸੰਤੋਖ ਤੋਂ ਕੋਹਾਂ ਦੂਰ ਸੀ। ਰੂਪਕ ਇੱਕ ਅਜਿਹਾ ਬੰਦਾ ਸੀ ਜੋ ਆਪਣੀ ਬੁੱਧੀਮਤਾ ਅਤੇ ਚਲਾਕੀ ਨਾਲ ਧਨ ਇਕੱਠਾ ਕਰਦਾ ਸੀ। ਉਹਦੀ ਆਦਤ ਸੀ ਕਿ ਉਹ ਛੋਟੇ ਵਪਾਰੀਆਂ ਦਾ ਸ਼ੋਸ਼ਣ ਕਰਦਾ ਅਤੇ ਗਰੀਬ ਕਿਸਾਨਾਂ ਤੋਂ ਪੈਸਾ ਠੱਗਦਾ। ਉਹਦਾ ਇੱਕੋ ਇੱਕ ਮੰਤਰ ਸੀ ਕਿ ਧਨ ਹੀ ਤਾਕਤ ਹੈ ਅਤੇ ਤਾਕਤ ਹੀ ਸਭ ਕੁਝ ਹੈ। ਉਹਨੇ ਕਦੇ ਵੀ ਪਾਪ ਅਤੇ ਪੁੰਨ ਦੇ ਬਾਰੇ ਗੰਭੀਰਤਾ ਨਾਲ ਨਹੀਂ ਸੋਚਿਆ। ਉਹਦੇ ਲਈ ਇਹ ਜ਼ਿੰਦਗੀ ਸਿਰਫ ਲਾਭ ਅਤੇ ਨੁਕਸਾਨ ਦੀ ਖੇਡ ਸੀ ਜਿਹਦੇ ਵਿੱਚ ਜਿੱਤਣਾ ਹੀ ਉਸਦਾ ਮਕਸਦ ਸੀ। ਵਪਾਰੀ ਦੀ ਪਤਨੀ ਨਿਰਮਲਾ ਉਸਦੇ ਉਲਟ ਸੀ। ਉਹ ਧਾਰਮਿਕ, ਨਰਮ ਦਿਲ ਅਤੇ ਦਿਆਲੂ ਸੁਭਾਅ ਦੀ ਮਾਲਕਣ ਸੀ। ਉਹ ਹਰ ਰੋਜ਼ ਮੰਦਰ ਜਾਂਦੀ, ਰੱਬ ਦੀ ਪੂਜਾ ਕਰਦੀ ਅਤੇ ਹੋਰਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ। ਉਹ ਅਕਸਰ ਆਪਣੇ ਪਤੀ ਨੂੰ ਕਹਿੰਦੀ ਕਿ ਧਨ ਸਿਰਫ ਭੌਤਿਕ ਸੁੱਖ ਦਿੰਦਾ ਹੈ, ਪਰ ਪੁੰਨ ਸਾਨੂੰ ਹਮੇਸ਼ਾ ਆਤਮਕ ਸੁੱਖ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ। ਸਾਨੂੰ ਜੀਵਨ ਵਿੱਚ ਧਰਮ ਅਤੇ ਸੱਚ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ। ਵਪਾਰੀ ਇਹਨਾਂ ਗੱਲਾਂ ਨੂੰ ਬੇਵਕੂਫੀ ਸਮਝਦਾ ਅਤੇ ਹਮੇਸ਼ਾ ਹੱਸ ਕੇ ਟਾਲ ਦਿੰਦਾ। ਉਹ ਕਹਿੰਦਾ ਸੀ ਕਿ ਇਹ ਤੇਰੇ ਧਰਮ ਦੀਆਂ ਗੱਲਾਂ ਮੇਰੇ ਲਈ ਬੇਮਤਲਬ ਨੇ, ਮੈਂ ਆਪਣੇ ਕਰਮਾਂ ਦਾ ਨਤੀਜਾ ਖੁਦ ਵੇਖ ਰਿਹਾ ਹਾਂ। ਮੈਂ ਇੱਕ ਧਨਵਾਨ ਵਿਅਕਤੀ ਹਾਂ, ਸ਼ਕਤੀਸ਼ਾਲੀ ਹਾਂ ਅਤੇ ਲੋਕ ਮੇਰੇ ਤੋਂ ਡਰਦੇ ਨੇ, ਬਸ ਇਹੀ ਮੇਰੇ ਲਈ ਕਾਫੀ ਹੈ। ਸੋ ਸਮਾਂ ਲੰਘਦਾ ਗਿਆ ਅਤੇ ਵਪਾਰੀ ਦਾ ਵਪਾਰ ਵੱਧਦਾ ਗਿਆ। ਉਹਦਾ ਧਨ ਅਤੇ ਸੰਪੱਤੀ ਹੁਣ ਇੰਨੀ ਵੱਧ ਚੁੱਕੀ ਸੀ ਕਿ ਉਹ ਰਾਜ ਦੇ ਰਾਜ ਪਰਿਵਾਰ ਨਾਲ ਵੀ ਸੰਪਰਕ ਵਿੱਚ ਆ ਗਿਆ। ਰਾਜੇ ਦੇ ਦਰਬਾਰ ਵਿੱਚ ਵੀ ਉਸਨੂੰ ਬੜੀ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ, ਕਿਉਂਕਿ ਉਹਦੀ ਆਰਥਿਕ ਸ਼ਕਤੀ ਦਾ ਪ੍ਰਭਾਵ ਰਾਜ ਦੀ ਰਾਜਨੀਤੀ 'ਤੇ ਵੀ ਪੈਂਦਾ ਸੀ। ਰੂਪਕ ਦਾ ਨਾਮ ਹੁਣ ਸਿਰਫ ਇੱਕ ਵਪਾਰੀ ਤੱਕ ਸੀਮਤ ਨਹੀਂ ਸੀ, ਸਗੋਂ ਉਹ ਇੱਕ ਰਾਜਨੀਤਿਕ ਸ਼ਕਤੀ ਵਜੋਂ ਉੱਭਰ ਚੁੱਕਿਆ ਸੀ। ਪਰ ਉਸਦਾ ਲੋਭ ਇੱਥੇ ਖਤਮ ਨਹੀਂ ਹੋਇਆ। ਉਸਨੇ ਵੇਖਿਆ ਕਿ ਰਾਜ ਦੇ ਕਈ ਹਿੱਸਿਆਂ ਵਿੱਚ ਗਰੀਬ ਕਿਸਾਨ ਅਜੇ ਵੀ ਆਪਣੀਆਂ ਛੋਟੀਆਂ ਛੋਟੀਆਂ ਜ਼ਮੀਨਾਂ ਉੱਪਰ ਮਿਹਨਤ ਕਰ ਰਹੇ ਨੇ। ਉਹਨਾਂ ਜ਼ਮੀਨਾਂ ਦੇ ਉੱਪਰ ਵਪਾਰੀ ਦੀਆਂ ਨਜ਼ਰਾਂ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਹ ਜ਼ਮੀਨਾਂ ਬਹੁਤ ਉਪਜਾਊ ਨੇ ਅਤੇ ਉਹਨਾਂ ਵਿੱਚੋਂ ਹੋਰ ਪੈਸਾ ਕਮਾਇਆ ਜਾ ਸਕਦਾ ਹੈ। ਉਸਨੇ ਇੱਕ ਯੋਜਨਾ ਬਣਾਈ ਕਿ ਉਹ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆ ਲਵੇਗਾ ਅਤੇ ਉਹਨਾਂ ਨੂੰ ਆਪਣੇ ਧੰਦੇ ਵਿੱਚ ਸ਼ਾਮਲ ਕਰੇਗਾ। ਵਪਾਰੀ ਨੇ ਆਪਣੀ ਯੋਜਨਾ ਦੇ ਅਨੁਸਾਰ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਕਿਸਾਨਾਂ ਨੂੰ ਕਰਜ਼ਾ ਦਿੱਤਾ ਅਤੇ ਜਦੋਂ ਉਹ ਕਿਸਾਨ ਉਸਨੂੰ ਵਾਪਸ ਨਹੀਂ ਕਰ ਸਕੇ ਤਾਂ ਉਹਨੇ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ। ਉਹ ਸਿਰਫ ਉਹਨਾਂ ਨਾਲ ਹੀ ਨਾਇਨਸਾਫ਼ੀ ਨਹੀਂ ਕਰ ਰਿਹਾ ਸੀ, ਸਗੋਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਦਹਾਲੀ ਵਿੱਚ ਛੱਡ ਰਿਹਾ ਸੀ। ਹੌਲੀ ਹੌਲੀ ਵਪਾਰੀ ਨੇ ਪਿੰਡਾਂ ਦੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਸ਼ਾਮਲ ਕਰ ਲਿਆ। ਉਹਦੀ ਪਤਨੀ ਇਹਨਾਂ ਕੰਮਾਂ ਤੋਂ ਬਹੁਤ ਦੁਖੀ ਸੀ। ਉਹਨੇ ਕਈ ਵਾਰ ਵਪਾਰੀ ਅੱਗੇ ਬੇਨਤੀ ਕੀਤੀ
ਕਿ ਉਹ ਇਹਨਾਂ ਪਾਪਾਂ ਤੋਂ ਡਰੇ ਅਤੇ ਗਰੀਬਾਂ ਨਾਲ ਧੱਕਾ ਕਰਨਾ ਬੰਦ ਕਰੇ। ਪਰ ਵਪਾਰੀ ਨੇ ਉਸਦੀ ਇੱਕ ਨਾ ਸੁਣੀ। ਉਹ ਹੋਰ ਜ਼ਿਆਦਾ ਸੰਪੱਤੀ ਇਕੱਠੀ ਕਰਨ ਵਿੱਚ ਲੱਗਿਆ ਰਿਹਾ ਅਤੇ ਉਸਦਾ ਲੋਭ ਲਗਾਤਾਰ ਵੱਧਦਾ ਗਿਆ। ਇੱਕ ਦਿਨ ਪਿੰਡ ਵਿੱਚ ਇੱਕ ਮਹਾਤਮਾ ਆਏ ਜੋ ਆਪਣੀ ਸਾਧਨਾ ਅਤੇ ਗਿਆਨ ਲਈ ਮਸ਼ਹੂਰ ਸੀ। ਉਹ ਪਿੰਡ ਦੇ ਲੋਕਾਂ ਨੂੰ ਧਰਮ ਅਤੇ ਸੱਚ ਦਾ ਉਪਦੇਸ਼ ਦੇਣ ਲਈ ਯਾਤਰਾ ਕਰ ਰਹੇ ਸੀ। ਜਦੋਂ ਉਹ ਵਪਾਰੀ ਦੀ ਪਤਨੀ ਨੂੰ ਮਿਲੇ, ਉਹਨਾਂ ਨੇ ਉਸਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਤੇਰੇ ਪੁੰਨ ਦੇ ਕਰਮ ਤੈਨੂੰ ਜੀਵਨ ਵਿੱਚ ਸ਼ਾਂਤੀ ਅਤੇ ਮੁਕਤੀ ਵੱਲ ਲੈ ਜਾਣਗੇ। ਪਰ ਧਿਆਨ ਰੱਖੀਂ, ਪਾਪ ਦਾ ਫਲ ਜ਼ਰੂਰ ਮਿਲਦਾ ਹੈ। ਜਿਨ੍ਹਾਂ ਦੇ ਦਿਲਾਂ ਵਿੱਚ ਲੋਭ ਅਤੇ ਜ਼ੁਲਮ ਦਾ ਵਾਸ ਹੁੰਦਾ ਹੈ, ਉਹਨਾਂ ਨੂੰ ਜੀਵਨ ਵਿੱਚ ਹਨੇਰਾ ਅਤੇ ਦੁੱਖ ਹੀ ਮਿਲਦਾ ਹੈ। ਵਪਾਰੀ ਦੀ ਪਤਨੀ ਨੇ ਮਹਾਤਮਾ ਨਾਲ ਆਪਣੇ ਪਤੀ ਬਾਰੇ ਗੱਲ ਕੀਤੀ ਅਤੇ ਬੇਨਤੀ ਕੀਤੀ ਕਿ ਉਹ ਵਪਾਰੀ ਨੂੰ ਸਹੀ ਰਾਹ 'ਤੇ ਲਿਆਉਣ। ਮਹਾਤਮਾ ਨੇ ਕਿਹਾ, ਪਾਪ ਅਤੇ ਪੁੰਨ ਦਾ ਫਲ ਵਿਅਕਤੀ ਨੂੰ ਉਸਦੀ ਆਤਮਾ ਦੀ ਗਹਿਰਾਈ ਵਿੱਚ ਮਹਿਸੂਸ ਹੁੰਦਾ ਹੈ। ਤੇਰੇ ਪਤੀ ਵਪਾਰੀ ਨੂੰ ਵੀ ਇੱਕ ਦਿਨ ਇਸ ਦਾ ਨਤੀਜਾ ਭੁਗਤਣਾ ਪਵੇਗਾ। ਹਾਲੇ ਉਹ ਆਪਣੇ ਪਾਪਾਂ ਵਿੱਚ ਅੰਨਾ ਹੋਇਆ ਵਾ ਹੈ, ਪਰ ਸਮਾਂ ਆਉਣ 'ਤੇ ਉਸਨੂੰ ਇਹ ਸਮਝ ਜ਼ਰੂਰ ਆਵੇਗੀ। ਉਹ ਮਹਾਤਮਾ ਇਹ ਵਚਨ ਕਰਕੇ ਚਲੇ ਗਏ। ਹੁਣ ਵਪਾਰੀ ਦੀ ਸਫਲਤਾ ਅਤੇ ਸ਼ਕਤੀ ਇਸ ਹੱਦ ਤੱਕ ਪਹੁੰਚ ਚੁੱਕੀ ਸੀ ਕਿ ਉਹ ਰਾਜੇ ਦੇ ਦਰਬਾਰ ਵਿੱਚ ਅਹਿਮ ਫੈਸਲਿਆਂ ਵਿੱਚ ਵੀ ਦਖਲ ਦੇਣ ਲੱਗ ਪਿਆ ਸੀ। ਉਸਨੇ ਆਪਣੇ ਵਪਾਰਕ ਧੰਦੇ ਨੂੰ ਇੰਨਾ ਵਧਾ ਲਿਆ ਸੀ ਕਿ ਰਾਜ ਦੀ ਆਰਥਿਕ ਹਾਲਤ ਵੀ ਉਸਦੇ ਉੱਪਰ ਨਿਰਭਰ ਹੋ ਗਈ ਸੀ। ਰਾਜੇ ਨੂੰ ਵੀ ਵਪਾਰੀ ਦੀ ਆਰਥਿਕ ਸ਼ਕਤੀ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ, ਕਿਉਂਕਿ ਰਾਜ ਦੇ ਕਈ ਹਿੱਸਿਆਂ ਵਿੱਚ ਉਸਦੇ ਵਪਾਰਕ ਸਥਾਨ ਸੀ। ਅਚਾਨਕ ਹੁਣ ਵਪਾਰੀ ਦੇ ਅੰਦਰ ਕੁਝ ਬਦਲਣਾ ਸ਼ੁਰੂ ਹੋ ਗਿਆ। ਹੁਣ ਉਸਨੂੰ ਰਾਤ ਨੂੰ ਸੌਣ ਵਿੱਚ ਮੁਸ਼ਕਲ ਆਉਣ ਲੱਗੀ। ਜਦੋਂ ਉਹ ਸੌਂਦਾ ਤਾਂ ਉਸਨੂੰ ਅਜੀਬ ਅਜੀਬ ਸੁਪਨੇ ਆਉਂਦੇ, ਜਿਨ੍ਹਾਂ ਵਿੱਚ ਉਹ ਖੁਦ ਨੂੰ ਇੱਕ ਘੋਰ ਹਨੇਰੇ ਵਿੱਚ ਡੁੱਬਦਾ ਹੋਇਆ ਵੇਖਦਾ। ਉਹ ਸੁਪਨੇ ਵਿੱਚ ਵੇਖਦਾ ਕਿ ਜਿਨ੍ਹਾਂ ਕਿਸਾਨਾਂ ਤੋਂ ਉਸਨੇ ਜ਼ਮੀਨਾਂ ਖੋਹ ਲਈਆਂ ਨੇ, ਉਹ ਸਾਰੇ ਉਸਨੂੰ ਸ਼ਰਾਬ ਦੇ ਰਹੇ ਨੇ। ਉਹਨਾਂ ਦੇ ਰੋਂਦੇ ਕਰਲਾਉਂਦੇ ਚਿਹਰਿਆਂ ਨੂੰ ਵੇਖ ਕੇ ਕੰਬ ਕੇ ਉੱਠ ਜਾਂਦਾ। ਨੀਂਦ ਵਿੱਚ ਵੀ ਉਸਨੂੰ ਭਟਕਣਾ ਲੱਗੀ ਰਹਿੰਦੀ ਅਤੇ ਮਾਨਸਿਕ ਪੀੜਾ ਹੁੰਦੀ ਰਹਿੰਦੀ। ਇਸੇ ਦੌਰਾਨ ਵਪਾਰੀ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਹਦਾ ਨਾਮ ਸਿਧਾਰਥ ਰੱਖਿਆ ਗਿਆ। ਸਿਧਾਰਥ ਰੂਪਕ ਅਤੇ ਨਿਰਮਲਾ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੇ ਜਨਮ ਦੇ ਨਾਲ ਨਿਰਮਲਾ ਦੇ ਜੀਵਨ ਵਿੱਚ ਖੁਸ਼ੀ ਆ ਗਈ। ਪਰ ਰੂਪਕ ਅਜੇ ਵੀ ਆਪਣੇ ਵਪਾਰ ਅਤੇ ਸੱਤਾ ਦੀ ਖੇਡ ਵਿੱਚ ਹੀ ਲੱਗਿਆ ਹੋਇਆ ਸੀ। ਰੂਪਕ ਨੂੰ ਆਪਣੇ ਪੁੱਤਰ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਸੀ, ਕਿਉਂਕਿ ਉਹਨੂੰ ਯਕੀਨ ਸੀ ਕਿ ਉਹ ਆਪਣੇ ਪਿੱਛੇ ਇੰਨਾ ਧਨ ਛੱਡ ਜਾਵੇਗਾ ਕਿ ਸਿਧਾਰਥ ਦਾ ਜੀਵਨ ਆਰਾਮ ਨਾਲ ਬੀਤ ਜਾਏਗਾ। ਪਰ ਨਿਰਮਲਾ ਚਿੰਤਤ ਸੀ। ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਰੂਪਕ ਦੇ ਪਾਪਾਂ ਦਾ ਪ੍ਰਭਾਵ ਉਹਦੇ ਪੁੱਤਰ ਦੇ ਜੀਵਨ 'ਤੇ ਪੈ ਸਕਦਾ ਹੈ। ਉਹ ਚਾਹੁੰਦੀ ਸੀ ਕਿ ਸਿਧਾਰਥ ਇੱਕ ਨੇਕ ਆਦਮੀ ਬਣੇ, ਪਰ ਰੂਪਕ ਦੀ ਛਾਇਆ ਤੋਂ ਉਹਨੂੰ ਬਾਹਰ ਕੱਢਣਾ ਆਸਾਨ ਨਹੀਂ ਸੀ। ਸਿਧਾਰਥ ਦਾ ਬਚਪਨ ਇੱਕ ਅਮੀਰ ਪਰਿਵਾਰ ਵਿੱਚ ਬੀਤਿਆ, ਪਰ ਉਹ ਆਪਣੇ ਪਿਤਾ ਦੀ ਕਠੋਰਤਾ ਅਤੇ ਲੋਭ ਤੋਂ ਅਣਜਾਣ ਨਹੀਂ ਸੀ। ਜਿਵੇਂ ਜਿਵੇਂ ਉਹ ਵੱਡਾ ਹੋਇਆ, ਉਹਨੇ ਆਪਣੇ ਪਿਤਾ ਦੀਆਂ ਕਰਤੂਤਾਂ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਉਹ ਆਪਣੀ ਮਾਂ ਨੂੰ ਅਕਸਰ ਪੁੱਛਦਾ ਕਿ ਮਾਂ, ਪਿਤਾ ਜੀ ਹਮੇਸ਼ਾ ਗਰੀਬਾਂ ਤੋਂ ਉਹਨਾਂ ਦੀ ਜਾਇਦਾਦ ਕਿਉਂ ਖੋਹਦੇ ਨੇ? ਕੀ ਇਹ ਸਹੀ ਹੈ? ਨਿਰਮਲਾ ਨੇ ਉਸਨੂੰ ਸਮਝਾਇਆ ਕਿ ਪੁੱਤਰ, ਤੇਰੇ ਪਿਤਾ ਨੂੰ ਹਾਲੇ ਤੱਕ ਧਰਮ ਦਾ ਗਿਆਨ ਹੀ ਨਹੀਂ ਹੋਇਆ। ਉਹ ਪਾਪ ਅਤੇ ਪੁੰਨ ਦਾ ਫਰਕ ਨਹੀਂ ਸਮਝਦੇ। ਪਰ ਯਾਦ ਰੱਖੀ, ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦਾ ਫਲ ਜ਼ਰੂਰ ਮਿਲਦਾ ਹੈ। ਸੱਚ ਅਤੇ ਧਰਮ ਦੇ ਰਾਹ 'ਤੇ ਚੱਲ ਕੇ ਹੀ ਸਾਨੂੰ ਸ਼ਾਂਤੀ ਮਿਲਦੀ ਹੈ। ਸਿਧਾਰਥ ਨੇ ਇਹ ਗੱਲ ਆਪਣੇ ਮਨ ਵਿੱਚ ਵਸਾ ਲਈ, ਪਰ ਉਸਨੇ ਕਦੇ ਵੀ ਆਪਣੇ ਪਿਤਾ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕੀਤੀ। ਉਹਦਾ ਮਨ ਆਪਣੇ ਪਿਤਾ ਦੇ ਕਰਮਾਂ ਤੋਂ ਨਿਰਾਸ਼ ਰਹਿੰਦਾ ਸੀ, ਪਰ ਉਹ ਜਾਣਦਾ ਸੀ ਕਿ ਸਮਾਂ ਆਉਣ 'ਤੇ ਸੱਚਾਈ ਦਾ ਚਾਨਣ ਸਭ ਦੇ ਸਾਹਮਣੇ ਆਵੇਗਾ। ਜਿਵੇਂ ਜਿਵੇਂ ਸਿਧਾਰਥ ਵੱਡਾ ਹੁੰਦਾ ਗਿਆ, ਉਹਦੀ ਜਗਿਆਸਾ ਅਤੇ ਵਿਚਾਰਸ਼ੀਲਤਾ ਵੀ ਵੱਧਦੀ ਗਈ। ਉਹ ਅਕਸਰ ਆਪਣੀ ਮਾਂ ਦੇ ਨਾਲ ਜੀਵਨ ਦੇ ਉਦੇਸ਼ ਅਤੇ ਕਰਮਾਂ ਦੇ ਫਲ ਬਾਰੇ ਸਵਾਲ ਪੁੱਛਦਾ। ਸਿਧਾਰਥ ਨੂੰ ਸਮਝ ਆਉਣ ਲੱਗਾ ਸੀ ਕਿ ਪਾਪ ਅਤੇ ਪੁੰਨ ਦਾ ਸਿਧਾਂਤ ਸਿਰਫ ਇੱਕ ਧਾਰਮਿਕ ਮਾਨਤਾ ਨਹੀਂ ਹੈ,
ਸਗੋਂ ਜੀਵਨ ਦੀ ਹਕੀਕਤ ਹੈ। ਉਹ ਸੋਚਦਾ ਸੀ ਕਿ ਜੇਕਰ ਮੇਰੇ ਪਿਤਾ ਵਰਗੇ ਧਨਾੜ ਅਤੇ ਸ਼ਕਤੀਸ਼ਾਲੀ ਵਿਅਕਤੀ ਨੂੰ ਵੀ ਆਪਣੇ ਪਾਪਾਂ ਦਾ ਫਲ ਭੁਗਤਣਾ ਪਵੇਗਾ ਤਾਂ ਇਹਦਾ ਅਰਥ ਇਹ ਹੈ ਕਿ ਸੰਸਾਰ ਵਿੱਚ ਕੋਈ ਵੀ ਵਿਅਕਤੀ ਕਰਮਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ। ਇੱਕ ਦਿਨ ਸਿਧਾਰਥ ਨੇ ਆਪਣੇ ਪਿਤਾ ਨੂੰ ਸਵਾਲ ਕਰਨ ਦੀ ਹਿੰਮਤ ਕਰ ਹੀ ਲਈ। ਉਹ ਬੋਲਿਆ, ਪਿਤਾ ਜੀ, ਤੁਸੀਂ ਜੀਵਨ ਵਿੱਚ ਬਹੁਤ ਸੰਪੱਤੀ ਅਤੇ ਕਾਮਯਾਬੀ ਹਾਸਲ ਕੀਤੀ ਹੈ, ਪਰ ਕੀ ਤੁਸੀਂ ਇਹ ਸੋਚਿਆ ਹੈ ਕਿ ਇਹਨਾਂ ਸਾਰੀਆਂ ਸੰਪੱਤੀਆਂ ਦਾ ਅਸਲ ਮਕਸਦ ਕੀ ਹੈ? ਕਦੇ ਇਹੋ ਜਿਹਾ ਸਮਾਂ ਵੀ ਆਵੇਗਾ ਜਦੋਂ ਇਹ ਧਨ ਅਤੇ ਸ਼ਕਤੀ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਣਗੇ? ਵਪਾਰੀ ਨੇ ਆਪਣੇ ਪੁੱਤਰ ਦੀ ਗੱਲ ਨੂੰ ਹਮੇਸ਼ਾ ਦੀ ਤਰ੍ਹਾਂ ਹਾਸੇ ਵਿੱਚ ਉਡਾ ਦਿੱਤਾ। ਉਹ ਬੋਲਿਆ, ਸਿਧਾਰਥ, ਤੂੰ ਹਾਲੇ ਛੋਟਾ ਹੈ ਅਤੇ ਜੀਵਨ ਦੇ ਬਾਰੇ ਜ਼ਿਆਦਾ ਨਹੀਂ ਜਾਣਦਾ। ਜੀਵਨ ਦੇ ਵਿੱਚ ਸਿਰਫ ਦੋ ਚੀਜ਼ਾਂ ਮਾਇਨੇ ਰੱਖਦੀਆਂ, ਧਨ ਅਤੇ ਤਾਕਤ। ਇਹਨਾਂ ਨਾਲ ਹੀ ਸਭ ਕੁਝ ਮਿਲਦਾ ਹੈ ਅਤੇ ਜਦੋਂ ਤੇਰੇ ਕੋਲ ਇਹ ਦੋਵੇਂ ਹੋਣ ਤਾਂ ਬਾਕੀ ਸਭ ਕੁਝ ਫਜ਼ੂਲ ਹੈ। ਸਿਧਾਰਥ ਨੇ ਪਿਤਾ ਦੀ ਗੱਲ ਸੁਣ ਤਾਂ ਲਈ ਪਰ ਉਸਨੂੰ ਇਸ ਗੱਲ ਦੇ ਨਾਲ ਸੰਤੁਸ਼ਟੀ ਨਹੀਂ ਹੋਈ। ਉਹਦਾ ਮਨ ਸੱਚ ਦੀ ਖੋਜ ਵਿੱਚ ਲੱਗਾ ਰਿਹਾ, ਉਹਦੀ ਜਗਿਆਸਾ ਵੱਧਦੀ ਗਈ ਅਤੇ ਉਸਨੇ ਜੀਵਨ ਦੇ ਅਸਲੀ ਅਰਥ ਨੂੰ ਸਮਝਣ ਲਈ ਕਿਸੇ ਗਿਆਨੀ ਦੀ ਖੋਜ ਕਰਨ ਦਾ ਫੈਸਲਾ ਕੀਤਾ। ਇੱਕ ਦਿਨ ਪਿੰਡ ਦੇ ਬਾਹਰ ਉਹੀ ਮਹਾਤਮਾ ਫਿਰ ਤੋਂ ਆਏ। ਸਿਧਾਰਥ ਨੇ ਤੁਰੰਤ ਉਸ ਮਹਾਤਮਾ ਨੂੰ ਮਿਲਣ ਦਾ ਫੈਸਲਾ ਕੀਤਾ। ਉਹ ਮਹਾਤਮਾ ਦੇ ਕੋਲ ਗਿਆ ਅਤੇ ਉਹਨਾਂ ਨੂੰ ਨਿਮਰਤਾ ਨਾਲ ਪੁੱਛਿਆ, ਹੇ ਮਹਾਤਮਾ, ਮੈਂ ਜੀਵਨ ਦੇ ਅਸਲੀ ਉਦੇਸ਼ ਅਤੇ ਪਾਪ ਪੁੰਨ ਦੇ ਫਲ ਬਾਰੇ ਜਾਣਨਾ ਚਾਹੁੰਦਾ ਵਾਂ। ਮੇਰੇ ਪਿਤਾ ਕਹਿੰਦੇ ਨੇ ਕਿ ਧਨ ਅਤੇ ਤਾਕਤ ਹੀ ਜੀਵਨ ਦਾ ਆਖਰੀ ਲਕਸ਼ ਹੈ, ਪਰ ਮੇਰੇ ਮਨ ਵਿੱਚ ਇਸ ਬਾਰੇ ਸ਼ੰਕਾ ਹੈ, ਕਿਰਪਾ ਕਰਕੇ ਮੈਨੂੰ ਸੱਚ ਦਾ ਰਾਹ ਦਿਖਾਓ। ਮਹਾਤਮਾ ਨੇ ਸਿਧਾਰਥ ਨੂੰ ਧਿਆਨ ਨਾਲ ਵੇਖਿਆ ਅਤੇ ਮੁਸਕਰਾਏ। ਉਹ ਬੋਲੇ, ਤੇਰੇ ਸਵਾਲ ਤੇਰੇ ਅੰਦਰਲੇ ਸੱਚ ਦੀ ਖੋਜ ਨੂੰ ਦਰਸਾਉਂਦੇ ਨੇ। ਪਾਪ ਅਤੇ ਪੁੰਨ ਦਾ ਫਲ ਜ਼ਰੂਰ ਮਿਲਦਾ ਹੈ ਅਤੇ ਇਹ ਸਿਰਫ ਇਸ ਜੀਵਨ ਵਿੱਚ ਹੀ ਨਹੀਂ ਸਗੋਂ ਕਈ ਜਨਮਾਂ ਤੱਕ ਚੱਲਦਾ ਹੈ। ਜੀਵਨ ਦਾ ਅਸਲੀ ਉਦੇਸ਼ ਆਤਮਿਕ ਸ਼ਾਂਤੀ ਅਤੇ ਮੁਕਤੀ ਦੀ ਪ੍ਰਾਪਤੀ ਹੈ, ਨਾ ਕਿ ਧਨ ਅਤੇ ਸੱਤਾ ਦੀ ਖੋਜ। ਜੇ ਤੂੰ ਸੱਚਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਮਨ ਨੂੰ ਪਵਿੱਤਰ ਕਰਨਾ ਹੋਵੇਗਾ ਅਤੇ ਸਹੀ ਰਾਹ 'ਤੇ ਚੱਲਣਾ ਹੋਵੇਗਾ। ਸਿਧਾਰਥ ਨੇ ਮਹਾਤਮਾ ਦੀਆਂ ਗੱਲਾਂ ਨੂੰ ਗਹਿਰਾਈ ਨਾਲ ਸੁਣਿਆ ਅਤੇ ਮਹਿਸੂਸ ਕੀਤਾ ਕਿ ਉਹ ਸੱਚਾਈ ਵੱਲ ਵੱਧ ਰਿਹਾ ਹੈ, ਪਰ ਉਹਦੇ ਮਨ ਵਿੱਚ ਇਹ ਵੀ ਸਵਾਲ ਸੀ ਕਿ ਉਹ ਆਪਣੇ ਪਿਤਾ ਰੂਪਕ ਨੂੰ ਇਸ ਸੱਚ ਦੇ ਰਾਹ 'ਤੇ ਕਿਵੇਂ ਲਿਆ ਸਕਦਾ ਹੈ। ਸਮਾਂ ਬੀਤਦਾ ਗਿਆ ਅਤੇ ਰੂਪਕ ਦਾ ਵਪਾਰਕ ਧੰਦਾ ਵੱਧਦਾ ਗਿਆ, ਪਰ ਨਾਲ ਨਾਲ ਉਸਦੇ ਅੰਦਰਲਾ ਡਰ ਵੀ ਵੱਧਦਾ ਚਲਿਆ ਗਿਆ। ਜਿਨ੍ਹਾਂ ਕਿਸਾਨਾਂ ਅਤੇ ਵਪਾਰੀਆਂ ਨਾਲ ਉਸਨੇ ਨਾਇਨਸਾਫ਼ੀ ਕੀਤੀ ਸੀ ਉਹਨਾਂ ਦੇ ਕ੍ਰੋਧ ਅਤੇ ਸ਼ਰਾਪ ਨੇ ਉਹਦੇ ਮਨ ਨੂੰ ਅਸ਼ਾਂਤ ਕਰ ਦਿੱਤਾ। ਹੁਣ ਹਰ ਰਾਤ ਉਸਨੂੰ ਡਰਾਉਣੇ ਸੁਪਨੇ ਆਉਂਦੇ ਜਿਨ੍ਹਾਂ ਵਿੱਚ ਉਹ ਵੇਖਦਾ ਕਿ ਉਸਦੇ ਪਾਪ ਉਸਨੂੰ ਨਿਗਲ ਰਹੇ ਨੇ। ਇੱਕ ਰਾਤ ਵਪਾਰੀ ਨੇ ਸੁਪਨੇ ਵਿੱਚ ਦੇਖਿਆ ਕਿ ਉਹ ਇੱਕ ਗਹਿਰੇ ਹਨੇਰੇ ਵਿੱਚ ਡਿੱਗ ਰਿਹਾ ਹੈ ਅਤੇ ਚਾਰੇ ਪਾਸਿਓਂ ਉਸਨੂੰ ਕਿਸਾਨਾਂ ਅਤੇ ਵਪਾਰੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਜੋ ਉਸ ਤੋਂ ਆਪਣੇ ਹੱਕ ਦਾ ਬਦਲਾ ਮੰਗ ਰਹੇ ਨੇ। ਉਹ ਪਸੀਨੇ ਵਿੱਚ ਡੁੱਬਿਆ ਹੋਇਆ ਜਾਗਿਆ ਅਤੇ ਉਹਦੇ ਸਾਹ ਤੇਜ਼ ਹੋ ਗਏ। ਉਸ ਰਾਤ ਉਸਨੂੰ ਪਹਿਲੀ ਵਾਰ ਆਪਣੇ ਕਰਮਾਂ ਦਾ ਨਤੀਜਾ ਸਮਝ ਆਇਆ। ਉਹਨੂੰ ਮਹਿਸੂਸ ਹੋਇਆ ਕਿ ਜੋ ਕੁਝ ਉਹ ਕਰ ਰਿਹਾ ਸੀ ਉਹ ਨਾ ਸਿਰਫ ਹੋਰਾਂ ਲਈ ਹਾਨੀਕਾਰਕ ਹੈ ਸਗੋਂ ਉਹਦੇ ਆਪਣੇ ਜੀਵਨ ਲਈ ਅਤੇ ਆਪਣੇ ਪਰਿਵਾਰ ਲਈ ਵੀ ਤਬਾਹੀ ਲਿਆ ਰਿਹਾ ਹੈ। ਰੂਪਕ ਦੀ ਹਾਲਤ ਹੌਲੀ ਹੌਲੀ ਖਰਾਬ ਹੋਣ ਲੱਗੀ, ਉਹਦੀ ਸਿਹਤ ਖਰਾਬ ਹੋਣ ਲੱਗੀ ਅਤੇ ਉਹਨੂੰ ਮਾਨਸਿਕ ਪੀੜਾ ਮਹਿਸੂਸ ਹੋਣ ਲੱਗੀ। ਉਸਨੇ ਕਈ ਵੈਦ ਅਤੇ ਹਕੀਮਾਂ ਨੂੰ ਮਦਦ ਲਈ ਬੇਨਤੀ ਕੀਤੀ ਪਰ ਕੋਈ ਵੀ ਉਹਦੀ ਹਾਲਤ ਨੂੰ ਠੀਕ ਨਹੀਂ ਕਰ ਸਕਿਆ। ਉਹ ਸਮਝ ਗਿਆ ਕਿ ਇਹ ਉਹਦੇ ਪਾਪਾਂ ਦਾ ਫਲ ਹੈ, ਪਰ ਹੁਣ ਉਸਨੂੰ ਇਹਨਾਂ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਰਾਹ ਨਹੀਂ ਲੱਭ ਰਿਹਾ ਸੀ। ਇੱਕ ਦਿਨ ਜਦੋਂ ਰੂਪਕ ਦੀ ਹਾਲਤ ਹੋਰ ਵੀ ਵਿਗੜ ਗਈ ਤਾਂ ਉਹਨੇ ਇਹ ਫੈਸਲਾ ਕੀਤਾ ਕਿ ਉਹ ਵੀ ਉਸ ਮਹਾਤਮਾ ਨੂੰ ਮਿਲੇਗਾ, ਕਿਉਂਕਿ ਹੁਣ ਉਸਨੂੰ ਇਹ ਪਤਾ ਸੀ ਕਿ ਉਹਦੇ ਕੋਲ ਸਮਾਂ ਘੱਟ ਹੈ। ਰੂਪਕ ਮਹਾਤਮਾ ਦੇ ਕੋਲ ਗਿਆ ਅਤੇ ਆਪਣੇ ਪਾਪਾਂ ਦੇ ਬਾਰੇ ਖੁੱਲ੍ਹ ਕੇ ਦੱਸਿਆ ਅਤੇ ਉਸਨੇ ਪੁੱਛਿਆ, ਹੇ ਮਹਾਤਮਾ, ਕੀ ਮੇਰੇ ਪਾਪਾਂ ਦੀ ਕੋਈ ਮੁਆਫ਼ੀ ਹੈ?
ਕੀ ਮੈਨੂੰ ਮੁਕਤੀ ਮਿਲ ਸਕਦੀ ਹੈ? ਮਹਾਤਮਾ ਨੇ ਸ਼ਾਂਤੀ ਨਾਲ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਪਰ ਮੁਆਫ਼ੀ ਅਤੇ ਆਤਮ ਸ਼ੁੱਧੀ ਰਾਹੀਂ ਤੂੰ ਆਪਣੇ ਪਾਪਾਂ ਤੋਂ ਮੁਕਤੀ ਪਾ ਸਕਦਾ ਹੈ। ਤੈਨੂੰ ਆਪਣੇ ਜੀਵਨ ਵਿੱਚ ਕੀਤੇ ਗਲਤ ਕੰਮਾਂ ਤੋਂ ਤੌਬਾ ਕਰਨਾ ਹੋਵੇਗਾ ਅਤੇ ਸੱਚ ਅਤੇ ਧਰਮ ਦੇ ਰਾਹ 'ਤੇ ਚੱਲਣਾ ਹੋਵੇਗਾ। ਸਿਰਫ ਤਦ ਹੀ ਤੈਨੂੰ ਸ਼ਾਂਤੀ ਅਤੇ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ। ਮਹਾਤਮਾ ਦੀਆਂ ਗੱਲਾਂ ਸੁਣ ਕੇ ਵਪਾਰੀ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੱਚੇ ਦਿਲ ਨਾਲ ਪਛਤਾਵਾ ਕੀਤਾ। ਉਹਨੇ ਆਪਣੀ ਸਾਰੀ ਸੰਪੱਤੀ ਗਰੀਬਾਂ ਅਤੇ ਜ਼ਰੂਰਤਮੰਦਾਂ ਵਿੱਚ ਵੰਡ ਦਿੱਤੀ ਅਤੇ ਉਹਨਾਂ ਕਿਸਾਨਾਂ ਕੋਲੋਂ ਮੁਆਫ਼ੀ ਮੰਗਣ ਗਿਆ ਜਿਨ੍ਹਾਂ ਦੇ ਉੱਪਰ ਉਸਨੇ ਤਸ਼ੱਦਦ ਕੀਤਾ ਸੀ। ਉਹਨੇ ਆਪਣੀ ਬਾਕੀ ਜ਼ਿੰਦਗੀ ਉਸ ਮਹਾਤਮਾ ਦੇ ਉਪਦੇਸ਼ਾਂ ਦਾ ਪਾਲਣ ਕਰਦਿਆਂ ਬਿਤਾਈ। ਵਪਾਰੀ ਦੀ ਇਸ ਆਪਬੀਤੀ ਤੋਂ ਉਹਦੇ ਬੇਟੇ ਸਿਧਾਰਥ ਨੂੰ ਇੱਕ ਡੂੰਘਾ ਸਬਕ ਮਿਲਿਆ। ਉਹਨੇ ਵੇਖਿਆ ਕਿ ਕਿਵੇਂ ਉਸਦਾ ਪਿਤਾ, ਜੋ ਕਦੇ ਸਿਰਫ ਧਨ ਅਤੇ ਸ਼ਕਤੀ ਦੇ ਪਿੱਛੇ ਭੱਜਦਾ ਸੀ, ਹੁਣ ਸੱਚ ਅਤੇ ਧਰਮ ਦੇ ਰਾਹ 'ਤੇ ਚੱਲ ਪਿਆ ਹੈ। ਸਿਧਾਰਥ ਨੇ ਫੈਸਲਾ ਕੀਤਾ ਕਿ ਉਹ ਵੀ ਆਪਣੇ ਜੀਵਨ ਨੂੰ ਸੱਚ ਦੀ ਖੋਜ ਲਈ ਸਮਰਪਿਤ ਕਰੇਗਾ। ਉਸ ਮਹਾਤਮਾ ਦਾ ਚੇਲਾ ਬਣ ਗਿਆ ਅਤੇ ਆਪਣੇ ਜੀਵਨ ਵਿੱਚ ਧਰਮ, ਸੱਚ ਅਤੇ ਦਇਆ ਦੇ ਸਿਧਾਂਤਾਂ ਦਾ ਪਾਲਣ ਕਰਨ ਲੱਗਾ। ਉਸਨੇ ਇਹ ਨਿਸ਼ਚੇ ਕੀਤਾ ਕਿ ਉਹ ਆਪਣੇ ਪਿਤਾ ਦੀਆਂ ਗਲਤੀਆਂ ਨੂੰ ਨਹੀਂ ਦੁਹਰਾਏਗਾ ਅਤੇ ਸਮਾਜ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਸਮਰਪਿਤ ਕਰੇਗਾ। ਦੋਸਤੋ, ਕਹਾਣੀ ਦਾ ਡੂੰਘਾ ਸਬਕ ਇਹ ਹੈ ਕਿ ਮਨੁੱਖ ਦੇ ਕਰਮਾਂ ਦਾ ਫਲ ਉਸਦੇ ਸਾਹਮਣੇ ਜ਼ਰੂਰ ਆਉਂਦਾ ਹੈ। ਅਸੀਂ ਕਿੰਨਾ ਵੀ ਧਨ ਕਮਾ ਲਈਏ ਜਾਂ ਤਾਕਤ ਹਾਸਲ ਕਰ ਲਈਏ, ਪਰ ਜੇ ਕਰਮ ਸਾਡੇ ਠੀਕ ਨਹੀਂ ਤਾਂ ਅੰਦਰੋਂ ਖੋਖਲਾਪਣ ਅਤੇ ਪਛਤਾਵਾ ਸਾਡਾ ਕਦੇ ਵੀ ਪਿੱਛਾ ਨਹੀਂ ਛੱਡਦਾ। ਸੱਚ ਅਤੇ ਧਰਮ ਦੇ ਰਾਹ 'ਤੇ ਚੱਲਣ ਨਾਲ ਹੀ ਸਾਨੂੰ ਅਸਲ ਸ਼ਾਂਤੀ ਅਤੇ ਸੰਤੁਸ਼ਟੀ ਮਿਲ ਸਕਦੀ ਹੈ। ਜਿਸ ਵਿਅਕਤੀ ਨੇ ਆਪਣੀ ਜ਼ਿੰਦਗੀ ਵਿੱਚ ਲਾਭ ਅਤੇ ਨੁਕਸਾਨ ਦੀ ਗਿਣਤੀ ਤੋਂ ਬਾਹਰ ਦੇਖਿਆ, ਉਹਨੂੰ ਇਹ ਸਮਝ ਆ ਗਈ ਕਿ ਜ਼ਿੰਦਗੀ ਦਾ ਅਸਲੀ ਮਕਸਦ ਆਤਮਿਕ ਉਚਾਈ ਅਤੇ ਆਦਰਸ਼ਿਕ ਜੀਵਨ ਵਸਾਉਣ ਵਿੱਚ ਹੈ। ਇਸ ਕਹਾਣੀ ਵਿੱਚ ਰੂਪਕ ਵਪਾਰੀ ਨੇ ਆਪਣੇ ਪਾਪਾਂ ਦਾ ਪਛਤਾਵਾ ਕਰਕੇ ਜੀਵਨ ਦਾ ਅਸਲ ਮਤਲਬ ਸਮਝਿਆ। ਉਸਦਾ ਬੇਟਾ ਸਿਧਾਰਥ, ਜਿਸ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਕਰਮਾਂ ਨੂੰ ਵੇਖ ਕੇ ਸਵਾਲ ਕੀਤੇ ਅਤੇ ਇੱਕ ਦਿਨ ਆਪਣੇ ਜੀਵਨ ਦਾ ਨਵਾਂ ਰਾਹ ਚੁਣ ਲਿਆ। ਇਹ ਸਬਕ ਸਾਡੇ ਲਈ ਵੀ ਹੈ ਕਿ ਲੋਭ ਅਤੇ ਧਨ ਦੀ ਚਾਹ ਵਿੱਚ ਸੱਚ ਤੋਂ ਕਦੇ ਪਿੱਛੇ ਨਾ ਹਟੋ, ਕਿਉਂਕਿ ਆਖਰ ਵਿੱਚ ਧਰਮ ਦੇ ਰਾਹ 'ਤੇ ਚੱਲ ਕੇ ਹੀ ਅਸੀਂ ਅਸਲ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਇਸ ਕਹਾਣੀ ਵਿਚਲੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰੋਗੇ। ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖੋ। ਸ਼ੁਕਰੀਆ।